ਤਾਂ ਮੇਰੇ ਹਸਬੈਂਡ ਦੇ ਪਿੱਤੇ ਦੇ ਵਿੱਚ ਪੱਥਰੀਆਂ ਸੀਗੀਆਂ, ਤਾਂ ਮੇਰਾ ਹਸਬੈਂਡ ਦਾ ਵੀ ਬੀਪੀ ਹਾਈ ਹੁੰਦਾ ਸੀ, ਉਹਨਾਂ ਦਾ ਪਿੱਤਾ ਬਿਲਕੁਲ ਫਟਣ ਵਾਲਾ ਸੀਗਾ। ਤਾਂ ਮੈਂ ਡਾਕਟਰ ਸਾਹਿਬ ਕੋਲ ਆਈ, ਤਾਂ ਮੈਂ ਇਹਨਾਂ ਤੋਂ ਆਪਰੇਸ਼ਨ ਕਰਵਾਇਆ ਆਪਣੇ ਹਸਬੈਂਡ ਦਾ, ਤਾਂ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਆਪਰੇਸ਼ਨ ਕੀਤਾ, ਕੋਈ ਵੀ ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਵੀ ਪੇਨ ਰਹਿਤ ਆਪਰੇਸ਼ਨ ਹੋਇਆ ਉਹਨਾਂ ਦਾ। ਤਾਂ ਇਹਨਾਂ ਦਾ ਬੀਪੀ 200 ਹੀ ਰਹਿੰਦਾ ਸੀਗਾ, ਕੋਈ ਵੀ ਡਾਕਟਰ ਇਹਨਾਂ ਨੂੰ ਇਹ ਨਹੀਂ ਸੀ ਕਹਿੰਦਾ ਕਿ ਵੀ ਹਾਂ ਅਸੀਂ ਆਪਰੇਸ਼ਨ ਕਰਾਂਗੇ। ਹੁਣ ਮੇਰੇ ਨਣਦ ਜਤਿੰਦਰ ਕੌਰ ਇਹ ਬਿਲਕੁਲ ਸਹੀ ਆ, ਇਹਨਾਂ ਨੂੰ ਡਿਸਚਾਰਜ ਹੋ ਚੁੱਕੇ ਹਾਂ ਅਸੀਂ। ਸਾਰਿਆਂ ਨੇ ਸਟਾਫ ਨੇ ਬਹੁਤ ਵਧੀਆ ਸਾਡੀ ਕੇਅਰ ਕੀਤੀ। ਹਾਂਜੀ, ਮੇਰਾ ਨਾਮ ਸੁਖਵਿੰਦਰ ਕੌਰ ਬਰਾੜ, ਮੈਂ ਲੰਗਿਆਣਾ ਪੁਰਾਣਾ ਤੋਂ ਵਿਜ਼ਿਟ ਕੀਤਾ ਇੱਥੇ। ਤਾਂ ਮੈਨੂੰ ਬਹੁਤ ਵਧੀਆ ਡਾਕਟਰ ਸਾਹਿਬ ਮਿਲੇ, ਅਮਿਤ ਸੋਦ। ਤਾਂ ਮੇਰੇ ਹਸਬੈਂਡ ਦੇ ਪਿੱਤੇ ਦੇ ਵਿੱਚ ਪੱਥਰੀਆਂ ਸੀਗੀਆਂ, ਤਾਂ ਮੇਰਾ ਹਸਬੈਂਡ ਦਾ ਵੀ ਬੀਪੀ ਹਾਈ ਹੁੰਦਾ ਸੀ, ਉਹਨਾਂ ਦਾ ਪਿੱਤਾ ਬਿਲਕੁਲ ਫਟਣ ਵਾਲਾ ਸੀਗਾ। ਤਾਂ ਮੈਂ ਡਾਕਟਰ ਸਾਹਿਬ ਕੋਲ ਆਈ, ਤਾਂ ਮੈਂ ਇਹਨਾਂ ਤੋਂ ਆਪਰੇਸ਼ਨ ਕਰਵਾਇਆ ਆਪਣੇ ਹਸਬੈਂਡ ਦਾ, ਤਾਂ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਆਪਰੇਸ਼ਨ ਕੀਤਾ, ਕੋਈ ਵੀ ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਵੀ ਪੇਨ ਰਹਿਤ ਆਪਰੇਸ਼ਨ ਹੋਇਆ ਉਹਨਾਂ ਦਾ। ਤਾਂ ਜਦੋਂ ਸਾਨੂੰ ਡਿਸਚਾਰਜ ਕੀਤਾ ਗਿਆ, ਬਿਲਕੁਲ ਜਦੋਂ ਇੱਥੇ ਖਾਣ ਪੀਣ ਲੱਗ ਗਏ ਸੀਗੇ, ਤਾਂ ਅਸੀਂ ਉਸ ਦਿਨ ਤੋਂ ਘਰ ਗਏ ਹਾਂ। ਸਟਾਫ ਨੇ ਬਹੁਤ ਕੇਅਰ ਕੀਤੀ, ਬਹੁਤ ਜ਼ਿਆਦਾ ਸਰ ਦੇ ਵੱਲੋਂ ਸਾਨੂੰ ਰਿਸਪੋਂਸ ਮਿਲਿਆ। ਉਹਨਾਂ ਦੀ ਸਰਜਰੀ ਨੂੰ ਮੈਂ ਦੇਖਦੇ ਹੋਇਆ, ਤਾਂ ਮੈਂ ਉਹਨਾਂ ਨੂੰ ਘਰ ਛੱਡਿਆ, ਤਾਂ ਨੈਕਸਟ ਡੇ ਹੀ ਮੋਰਨਿੰਗ 5 ਵਜੇ ਮੈਂ ਆਪਣੀ ਨਣਦ ਨੂੰ ਲੈ ਕੇ, ਜਤਿੰਦਰ ਕੌਰ ਮੇਰੀ ਨਣਦ ਆ, ਤਾਂ ਮੈਂ ਇਹਨਾਂ ਦਾ ਆਪਰੇਸ਼ਨ ਕਰਵਾਇਆ। ਇਹਨਾਂ ਦੇ ਪਿੱਤੇ ਦੇ ਵਿੱਚ ਪੱਥਰੀਆਂ ਸੀਗੀਆਂ ਅਤੇ ਬੱਚੇਦਾਨੀ ਦੇ ਵਿੱਚ ਰਸੌਲੀਆਂ ਸੀਗੀਆਂ, ਬੱਚੇਦਾਨੀ ਬਿਲਕੁਲ ਗੜਨੀ ਸ਼ੁਰੂ ਹੋ ਚੁੱਕੀ ਸੀਗੀ। ਤਾਂ ਇਹਨਾਂ ਦਾ ਬੀਪੀ 200 ਹੀ ਰਹਿੰਦਾ ਸੀਗਾ, ਕੋਈ ਵੀ ਡਾਕਟਰ ਇਹਨਾਂ ਨੂੰ ਇਹ ਨਹੀਂ ਸੀ ਕਹਿੰਦਾ ਕਿ ਵੀ ਹਾਂ ਅਸੀਂ ਆਪਰੇਸ਼ਨ ਕਰਾਂਗੇ, ਉਹ ਕਹਿੰਦੇ ਸੀ ਪਹਿਲਾਂ ਬੀਪੀ ਇਹਨਾਂ ਦਾ ਸਹੀ ਹੋਊਗਾ ਤਾਂ ਫਿਰ ਅਸੀਂ ਆਪਰੇਸ਼ਨ ਕਰਾਂਗੇ। ਬਟ ਇਸ ਡਾਕਟਰ ਸਾਹਿਬ ਨੇ ਪਹਿਲਾਂ ਬੀਪੀ ਬਾਰੇ ਵੀ ਬਹੁਤ ਵਧੀਆ ਸੈਟਿੰਗ ਕੀਤੀ, ਮੈਡੀਸਨ ਦਿੱਤੀ, ਅਤੇ ਬਾਅਦ ਦੇ ਵਿੱਚ ਆਪਰੇਟ ਕੀਤਾ, ਆਪਰੇਟ ਬਿਲਕੁਲ ਪੇਨਲੈਸ ਆ। ਹੁਣ ਮੇਰੇ ਨਣਦ ਜਤਿੰਦਰ ਕੌਰ ਇਹ ਬਿਲਕੁਲ ਸਹੀ ਆ, ਇਹਨਾਂ ਨੂੰ ਡਿਸਚਾਰਜ ਹੋ ਚੁੱਕੇ ਹਾਂ ਅਸੀਂ, ਤਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਪੇਨ ਰਹਿਤ ਨੇ, ਸਾਰਾ ਕੁਛ ਖਾਂਦੇ ਪੀਂਦੇ ਨੇ। ਤਾਂ ਥੈਂਕ ਯੂ ਸੋ ਮੱਚ ਡਾਕਟਰ ਅਮਿਤ ਸੂਦ ਜੀ ਦਾ, ਔਰ ਥੈਂਕ ਯੂ ਸੋ ਮੱਚ ਸਟਾਫ ਦਾ, ਬਹੁਤ ਜ਼ਿਆਦਾ ਕੇਅਰ ਕਰਦੇ ਆ। ਜਦੋਂ ਇਹਨਾਂ ਦਾ ਬੀਪੀ ਵੱਧਦਾ ਸੀਗਾ, ਸਰ ਨੇ ਇਹ ਨਹੀਂ ਕਿਹਾ ਕਿ ਤੁਸੀਂ ਘਰੇ ਜਾਓ, ਬਟ ਸਰ ਕਹਿੰਦੇ ਵੀ ਨਹੀਂ ਅਸੀਂ ਨਹੀਂ ਭੇਜ ਸਕਦੇ ਜਿੰਨਾ ਚਿਰ ਇਹ ਬਿਲਕੁਲ ਠੀਕ ਨਹੀਂ ਹੁੰਦੇ। ਅੱਜ ਇਹ ਬਿਲਕੁਲ ਠੀਕ ਨੇ, ਬਿਲਕੁਲ ਬੀਪੀ ਸਹੀ ਹੈ, 120 ਹੈ ਬੀਪੀ, ਤਾਂ ਅਸੀਂ ਬਿਲਕੁਲ ਠੀਕ ਹੋ ਕੇ ਆਪਣੇ ਘਰ ਗਏ। ਬਿਲਕੁਲ ਥੈਂਕ ਯੂ ਸੋ ਮੱਚ ਸਰ ਜੀ, ਔਰ ਥੈਂਕ ਯੂ ਸੋ ਮੱਚ ਸਟਾਫ ਜੀ ਦਾ, ਥੈਂਕ ਯੂ ਸੋ ਮੱਚ ਮੈਮ ਸੰਦੀਪ ਕੌਰ ਜੀ ਦਾ, ਥੈਂਕ ਯੂ ਸੋ ਮੱਚ ਮੈਮ ਸਿਮਰਨ ਜੀ ਦਾ, ਸਾਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਸਟਾਫ ਨੇ ਬਹੁਤ ਵਧੀਆ ਸਾਡੀ ਕੇਅਰ ਕੀਤੀ, ਅਤੇ ਅਸੀਂ ਬਹੁਤ ਖੁਸ਼ ਹਾਂ। ਇਹਨਾਂ ਤੋਂ ਬਾਅਦ 'ਚ ਹੁਣ ਮੈਂ ਵੀ ਆਪਣਾ ਸੋਚਿਆ ਕਿ ਮੈਂ ਵੀ ਆਪਦਾ ਫੈਟ ਦਾ ਆਪਰੇਸ਼ਨ ਇੱਕ ਕਰਵਾਊਂਗੀ ਤਾਂ ਇੱਥੋਂ ਹੀ ਕਰਵਾਊਂਗੀ। ਹਾਲਾਂਕਿ ਮੇਰੇ ਰੈਲੇਟਿਵ ਨੇ ਸਭ ਨੇ ਕਿਸੇ ਨੇ ਕਿਤੋਂ ਕਰਵਾਇਆ, ਕਿਸੇ ਨੇ ਕਿਤੋਂ ਕਰਵਾਇਆ, ਬਟ ਮੈਂ ਇਹਨਾਂ ਦੇ ਆਪਰੇਸ਼ਨ ਤੋਂ ਬਹੁਤ ਜ਼ਿਆਦਾ ਸੈਟਿਸਫਾਈ ਹੋਈ ਹਾਂ, ਤਾਂ ਮੈਂ ਹੁਣ ਆਪਣਾ ਆਪਰੇਸ਼ਨ ਵੀ ਮੋਟਾਪੇ ਦਾ ਇੱਥੋਂ ਹੀ ਕਰਵਾਊਂਗੀ ਡਾਕਟਰ ਅਮਿਤ ਸੂਰ ਜੀ ਤੋਂ। ਥੈਂਕ ਯੂ ਸੋ ਮੱਚ ਜੀ।